ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਆ ਕਿਉਂਕਿ ਜੋ ਤੁਸੀਂ ਉਸ ਦਿਨ 10-15 ਹਜ਼ਾਰ ਬੰਦਾ ਇਕੱਠਾ ਕਰਕੇ ਯੋਗਦਾਨ ਪਾ ਕੇ ਪੰਜਾਬ ਦੀ ਸੇਵਾ ਕੀਤੀ ਹੈ ਨਾ, ਮੈਂ ਕਹਿੰਦਾ ਰੋਮ ਰੋਮ ਰਿਣੀ ਹੈ ਮੇਰਾ ਔਰ ਅਹਿਸਾਨ ਨੇ ਤੁਹਾਡੇ। ਆਪਣੀ ਲੜਾਈ ਨਿੱਜੀ ਨਹੀਂ ਹੈ, ਕਿਸੇ ਬੰਦੇ ਨਾਲ ਨਹੀਂ ਹੈ, ਇੱਕ ਸਿਸਟਮ ਨਾਲ ਹੈ। ਔਰ ਜੇ ਸੱਚ ਪੁੱਛੋ ਤਾਂ ਉਹ ਸਿਸਟਮ ਨੇ 25-30 ਸਾਲਾਂ ਤੋਂ ਪੰਜਾਬ ਨੂੰ ਢਾਹ ਲਾਈ ਹੈ ਨਾ। ਅਤੇ ਜੇ ਅੱਜ ਖੇਤੀ ਦੀ ਵੀ ਗੱਲ ਕਰੋ ਤਾਂ ਹੁਣ ਤਾਂ ਸਾਡੇ ਵਜੂਦ 'ਤੇ ਅਟੈਕ ਹੈ ਨਾ, ਇਟ ਇਜ਼ ਅ ਬੈਟਲ ਆਫ ਆਰ ਐਗਜ਼ਿਸਟੈਂਸ, ਸਾਡੀ ਅਸੀਂ ਰਹਾਂਗੇ ਜਾਂ ਨਹੀਂ ਰਹਾਂਗੇ, ਹੁਣ ਤਾਂ ਉਹਦੇ 'ਤੇ ਆ ਗਈ ਨਾ। ਅਤੇ ਜਦੋਂ ਮੱਸਾ ਰੰਗੜ ਆਇਆ ਸੀ ਉਦੋਂ ਵੀ ਰਹੇ ਹਾਂ, ਅਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ ਸੀ ਉਦੋਂ ਵੀ ਰਹੇ ਹਾਂ। ਅਤੇ ਇਹ ਜਿਹੜੀ ਅਹੰਕਾਰ 'ਤੇ ਅੜੀ ਹੈ ਸੈਂਟਰ ਦੀ, ਇਹ ਨਿਕਲਿਆਉ, ਕਿਉਂਕਿ ਜਦੋਂ ਸਰਕਾਰਾਂ ਆਪਦੀ ਜਨਤਾ ਨੂੰ ਸਜ਼ਾ ਦੇਣ 'ਤੇ ਆ ਜਾਣ ਵੀ ਪਰਾਲੀ ਦੇ ਉੱਤੇ 1 ਕਰੋੜ ਰੁਪਈਆ, ਹੈਂ ਸਬਸਿਡੀ ਦਿੱਤੀ ਨਹੀਂ ਅਜੇ, ਸਬਸਿਡੀ ਜਿਹੜੀ 100-100 ਰੁਪਈਏ ਦੇਣੀ ਸੀ ਨਾ ਉਹ ਦਿੱਤੀ ਨਹੀਂ, ਸਾਡਾ GST ਲੈ ਕੇ ਸਾਨੂੰ ਹੀ ਮੋੜਿਆ ਨਹੀਂ, ਚੋਰੀ ਸੀ ਨਾ ਚੋਰੀ ਹੈਗਾ ਨਹੀਂ। ਔਰ ਇਹ ਉੱਤੋਂ ਦੀ ਇਹੋ ਜਿਹੇ ਇਹ ਜਿਹੜੇ ਕਾਨੂੰਨ ਲਾ ਦਿੱਤੇ ਹੈ, ਇਹ ਸਾਡੀ ਕਿਸਾਨੀ ਨੂੰ, ਸਾਡੀ ਖੁਦਮੁਖਤਿਆਰੀ ਨੂੰ, ਇਹ ਸਾਡਾ ਸਾਰਾ ਕੁਛ ਖੋ ਕੇ 4 ਬੰਦਿਆਂ ਦੀ ਜੇਬ 'ਚ ਪਾਉਣ ਨੂੰ ਫਿਰਦੇ ਆ। ਇਸ ਕਰਕੇ ਜੋ ਤੁਸੀਂ ਉੱਦਣ ਰੈਲੀ ਕੀਤੀ ਹੈ ਔਰ ਜੋ ਤੁਸੀਂ ਇਸ ਜ਼ੁਲਮ ਦੇ ਖਿਲਾਫ਼ ਗੁਰੂ ਸਾਹਿਬਾਨਾਂ ਦੀ ਸਿਹਤ ਤੋਂ ਲੜਾਈ ਲੜੀ ਹੈ, ਮੈਂ ਪਹਿਲਾਂ ਵੀ ਧੰਨਵਾਦ ਕਰਕੇ ਗਿਆ ਸੀ ਦੋ 'ਤੇ, ਫਿਰ ਹਰਪਾਲ ਕਹਿੰਦਾ ਦੇਖੋ ਜੀ ਤੁਸੀਂ ਸਾਡੇ ਬੰਦਿਆਂ ਦਾ ਧੰਨਵਾਦ ਨਹੀਂ ਕੀਤਾ, ਸਭ ਤੋਂ ਵੱਧ ਯੋਗਦਾਨ ਅਸੀਂ ਪਾਇਆ। ਮੈਂ ਕਿਹਾ ਯਾਰ ਮੈਂ ਦੇਖੋ ਸਹਿਨਸ਼ੀਲਤਾ ਹੋਣੀ ਚਾਹੀਦੀ ਹੈ ਇਹਦੇ 'ਚ, ਹੈ ਨਹੀਂ ਇਹ ਅੜ ਜਾਂਦਾ ਤੂੰ ਐਂ ਹੋਏ ਤੂੰ ਫਲਾਨਾ ਐਂ ਹੋਏ। ਪਰ ਮੈਂ ਅੱਜ ਇੱਕ ਗੱਲ ਕਹਿਣਾ ਕਿ ਜੇ ਅਸੀਂ ਲੋਕਤੰਤਰ ਦੇ ਵਿੱਚ ਅੱਜ ਲੋਕਾਂ ਨੇ ਲਿਆਂਦੇ ਹਾਂ ਤਾਂ ਸਾਡੇ 'ਚ ਸਹਿਨਸ਼ੀਲਤਾ ਹੋਣੀ ਚਾਹੀਦੀ, ਲੋਕਾਂ ਦੀ ਗੱਲ ਸੁਣਨ ਦੀ ਸਹਿਨਸ਼ੀਲਤਾ ਹੋਣੀ ਚਾਹੀਦੀ। ਇਹ ਹੌਮਾ ਇਹ ਹੈਂਕੜ ਵੀ ਮੈਨੂੰ ਇਹਨੇ ਐਂ ਕਹਿਤਾ, ਲੈ ਮੈਂ ਕਹਿੰਦਾ ਕਈ ਵਾਰ ਮੈਨੂੰ ਕੋਈ ਨਿੱਕਾ ਦੁੱਕਾ ਆਦਮੀ ਗਾਲ ਵੀ ਕੱਢ ਦਿੰਦਾ, ਮੇਰੀ ਦਾੜੀ ਦਾ ਵਾਲ ਚਿੱਟਾ ਹੋ ਜਾਂਦਾ, ਫਿਰ ਕੀ ਹੋ ਜਾਂਦਾ ਹੈ? ਜੇ ਲੱਖਾਂ ਤਾਰੀਫ ਕਰਦੇ ਆ ਅਤੇ ਇੱਕ ਬੰਦਾ ਕੋਈ ਅੜ ਵੀ ਗਿਆ ਤਾਂ ਕੀ ਹੋਜੂ? ਇਸ ਕਰਕੇ ਤੂੰ ਤੇਰੀ ਛਾਤੀ ਛੋਟੀ ਨਹੀਂ ਹੁੰਦੀ, ਹੋਰ ਚੌੜੀ ਹੋਣੀ ਹੈ, ਪਰਵਾਹ ਨਾ ਕਰ, ਹੈਂ ਕੋਈ ਉਹ ਨਹੀਂ। ਮੈਂ ਤੁਹਾਡਾ ਸਾਰਿਆਂ ਦਾ ਫਿਰ ਤਹਿ ਦਿਲੋਂ ਧੰਨਵਾਦ ਕਰਦਾ ਔਰ ਆਪਾਂ ਇਹ ਲੜਾਈ ਨੂੰ ਅੱਗੇ ਲਿਜਾਣਾ। ਅੱਜ ਮੈਂ ਇੱਕ ਹੋਰ ਵੀਡੀਓ ਰਿਲੀਜ਼ ਕਰ ਰਿਹਾ, ਪੰਜਾਬ ਨੂੰ ਗੁੰਮਰਾਹ ਨਹੀਂ ਹੋਣ ਦੇਣਾ, ਫਿਰ ਫੈਸਲਾ ਉਹਨਾਂ ਦੇ ਹੱਥ ਹੈ, ਪੰਜਾਬ ਦੇ ਲੋਕਾਂ ਦੇ ਹੱਥ ਹੈ, ਸਮਝ ਨਹੀਂ। ਇਹ ਜਿਹੜਾ ਗੁੰਮਰਾਹ ਕਰਕੇ 25 ਸਾਲ ਪੰਜਾਬ ਨੀਵਾਂ ਗਿਆ, ਇਹ ਇੱਕ ਵਾਰ ਝੰਡੇ 'ਚ ਡੰਡਾ ਲੱਗਣਾ ਹੀ ਲੱਗਣਾ। ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ, ਉਸ ਦਿਨ ਤੁਸੀਂ ਇੰਨਾ ਯੋਗਦਾਨ ਪਾਇਆ। ਡਾਕਟਰ ਵੇਰਕਾ ਕਿੱਧਰ ਗਿਆ? ਉਹ ਤਾਂ ਨਹੀਂ ਆਇਆ, ਹੈਂ ਉਹ ਲੋਕ ਨਾ ਲੋਕ ਬਹੁਤ ਬੜੀਆਂ ਗੱਲਾਂ ਕਰਦੇ ਆ, ਲੋਕ ਸਾਰਾ ਕੁਝ ਕਰਦੇ ਆ। ਦੇਖੋ ਮੈਂ ਕਦੇ ਕਿਸੇ ਨੂੰ ਰੋਕਿਆ ਨਹੀਂ, ਵੇਖੋ ਜਦੋਂ ਤੱਕ ਬੰਦਾ ਇਹ ਕਹੂਗਾ ਵੀ ਮੈਨੂੰ ਆਹ ਪਦ ਚਾਹੀਦਾ ਉਹ ਪਦ ਚਾਹੀਦਾ, ਉਦੋਂ ਤੱਕ ਪੰਜਾਬ ਨਹੀਂ ਸਮਾਂ। ਇਹ ਫੈਸਲਾ ਲੋਕ ਕਰਨਗੇ, ਭਾਜੀ ਕਰ ਲਿਆ ਲੋਕਾਂ ਨੇ, ਮੈਂ ਕਹਿੰਦਾ ਇਹ ਪੰਜਾਬ ਦੇ ਲੋਕ ਫੈਸਲਾ ਕਰਨਗੇ। ਔਰ ਐਤਕੀ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਨੂੰ ਸੱਚ ਦੱਸਾਂ, ਅੱਜ ਤੁਸੀਂ ਸਾਰੇ ਇਕੱਠੇ ਹੋ ਤਾਂ ਇਸ ਕਰਕੇ ਮੈਂ ਕਹਿ ਰਿਹਾ ਇਸ ਗੱਲ ਨੂੰ, ਸੱਚ ਗੱਲ ਇਹ ਹੈ ਵੀ ਪੰਜਾਬ ਨੂੰ ਇੱਕ ਬਲੂ ਪ੍ਰਿੰਟ ਚਾਹੀਦਾ, ਇੱਕ ਰੋਡ ਮੈਪ ਚਾਹੀਦਾ, ਇੱਕ ਏਜੰਡਾ ਚਾਹੀਦਾ। ਔਰ ਸਾਰੀ ਦੁਨੀਆ ਇਹ ਵੇਖਦੀ ਹੈ ਵੀ ਸਾਨੂੰ ਇਸ ਔਖੇ ਵਿਕਟ ਸਮੇਂ ਦੇ ਵਿੱਚੋਂ ਕੱਢੂ ਕੌਣ, ਲੇਕਿਨ ਕੱਢੂ ਉਹੀ ਜਿਹੜਾ ਇੱਕ ਰਾਹ ਪਾਊ, ਰਾਹ ਪਾਊ ਵੀ ਆਹ ਰਾਹ ਤੋਂ ਨਿਕਲਦੇ ਹਾਂ, ਇੱਦਾਂ ਨਿਕਲਦੇ ਹਾਂ। ਇਸ ਕਰਕੇ ਇਹ ਨਹੀਂ ਨਹੀਂ ਚਲੋ ਉਹ ਰਾਹ ਪਾਉਣ ਵਾਲੇ ਪਾਰਟੀਆਂ ਹੁੰਦੀਆਂ ਨੇ, ਪਾਰਟੀਆਂ ਕੋਈ ਕਦੇ ਵੀ ਕੋਈ ਚੰਗੀ ਮਾੜੀ ਨਹੀਂ। ਇਸ ਕਰਕੇ ਆਪਾਂ ਹੁਣ ਉਂਗਲਾਂ ਚੱਕੀ ਜਾਈਏ ਕਿਸੇ 'ਤੇ, ਉਹ ਐਂ ਪਾਰਟੀ ਕੋਈ ਚੰਗੀ ਮਾੜੀ, ਚਲਾਉਣ ਵਾਲੇ ਲੋਕ ਚੰਗੇ ਮਾੜੇ ਹੁੰਦੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚਾਨਣ ਪਾਊ ਔਰ ਤੁਹਾਨੂੰ ਸਾਰਿਆਂ ਨੂੰ ਦੱਸੂ। ਬਾਕੀ ਮੈਨੂੰ ਆਪਦੀ ਕੋਈ ਉਹ ਨਹੀਂ, ਮੈਂ ਹੋਵਾਂ ਨਾ ਹੋਵਾਂ, ਲੇਕਿਨ ਇੱਕ ਰੋਡ ਮੈਪ ਹੋਵੇ, ਇੱਕ ਰਾਹ ਹੋਵੇ ਪੰਜਾਬ ਨੂੰ ਉਸਾਰਨ ਦੀ, ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ, ਹੈ ਨਹੀਂ, ਜਵਾਨੀ ਤੁਹਾਨੂੰ ਲੈਣੀ ਪੈਣੀ ਭਾਈ, ਜਵਾਨੀ ਵਾਪਸ ਲਿਆਉਣ ਦੀ, ਸਮਝ ਨਹੀਂ, ਔਰ ਓਪਰਚੁਨਿਟੀਜ਼ ਕ੍ਰੀਏਟ ਕਰਨ। ਸਾਰੇ ਚੰਗਾ ਕੰਮ ਕਰ ਰਹੇ, ਇਹ ਫੈਸਲਾ ਲੋਕ ਕਰਨਗੇ ਪੰਜਾਬ ਦੇ ਲੋਕ। ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿੰਨੇ ਵੀ ਵੇਰਕੇ ਵਾਲੇ, ਮੈਂ ਬਾਕੀਆਂ ਨੂੰ ਵੀ ਕਹਿ ਕੇ ਆਇਆ ਸੀ, ਉੱਥੇ ਵੀ ਧੰਨਵਾਦ ਕਰ, ਹੁੰਦਲ ਘਰ ਆਇਆ ਸੀ ਮੇਰੇ, ਵੇਰਕਾ ਮੇਰੇ ਲਈ ਅੱਡ ਨਹੀਂ ਗਾ, ਤੁਹਾਡੇ ਲਈ ਥੋੜ੍ਹਾ ਥੋੜ੍ਹਾ ਅੱਡ ਹੋ ਸਕਦਾ, ਮੇਰੇ ਲਈ ਕਦੇ, ਮੇਰੇ ਲਈ ਕਦੇ ਵੀ ਅੱਡ ਨਹੀਂ ਗਾ। ਇਸ ਕਰਕੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਰਣਨੀਤੀਆਂ ਉਲੀਕਣੀਆਂ ਨੇ, ਹੋਰ
ਜੰਗਾਂ ਛੇੜਨੀਆਂ ਨੇ ਅਤੇ ਡਿਵੈਲਪਮੈਂਟ ਵੀ ਮੈਨੂੰ ਲੱਗਦਾ ਹੁਣ ਸਰਕਾਰ ਨੇ ਬੜੀ ਪਹਿਲ ਕੀਤੀ ਹੈ ਅਤੇ ਕਰੀਬ ਕਰੀਬ 30-40 ਕਰੋੜ ਰੁਪਈਆ ਆਇਆ ਜਿਹੜਾ ਮੈਂ ਪੂਰੀ ਤਰ੍ਹਾਂ ਵੰਡ ਕੇ ਕਮਿਸ਼ਨਰ ਨੂੰ ਦੇ ਦਿੱਤਾ ਅਤੇ ਉਹ ਹੁਣ ਦੇਖੋ ਸਾਲ ਦੇ ਵਿੱਚ ਕਿੱਥੇ ਚੜ੍ਹਦਾ ਨੇਪਰੇ ਚੜ੍ਹਦਾ ਅਤੇ ਇੱਕ ਪੁਲ ਵੀ ਬਣਨ ਲੱਗ ਗਿਆ ਪੰਜਾਂ 'ਚੋਂ ਉਹ ਜਿਹੜਾ ਭੰਡਾਰੀ ਪੁਲ ਹੈ ਨਹੀਂ ਸੋਰੀ ਭੰਡਾਰੀ ਪੁਲ ਦੇ ਨਾਲ ਸ਼ੁਰੂ ਹੋਇਆ ਚਲੋ ਉਹਦੀ ਵੀ ਵਧਾਈ ਹੈ ਦੇਰ ਆਏ ਪਰ ਦਰੁਸਤ ਆਏ ਮਿੱਤਰ ਪਿਆਰਿਆ ਮੈਂ ਤੁਹਾਡੇ ਨਾਲ ਮੈਂ ਆਪਣੀ ਗੱਲ ਰੱਖੀ ਹੈ ਤੁਹਾਡੇ ਨਾਲ ਤੁਸੀਂ ਉੱਚੇ ਬੰਦੇ ਹੋ ਸੁੱਚੇ ਬੰਦੇ ਹੋ ਮੈਂ ਤੁਹਾਡੇ ਨਾਲ ਅੱਜ ਮੈਂ ਇੱਕ ਆਪਣੀ ਵੀਡੀਓ ਪਾਈ ਉਹਦੇ 'ਚ ਆਹੀ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਉਹਦੇ 'ਚ ਮੈਂ ਬੜਾ ਕਲੀਅਰ ਦਾ ਵੇ ਫਾਰਵਰਡ ਦੱਸਿਆ ਮੈਂ ਕੀ ਆਖਿਆ ਤੁਹਾਨੂੰ ਉਹਦੇ 'ਚ ਇੱਕ ਲਾਈਨ ਵੀ ਇੱਧਰ ਉੱਧਰ ਕਰਨ ਦੀ ਲੋੜ ਨਹੀਂ ਜਿੱਦਾਂ ਹੈ ਠਿੱਕ ਜੋ ਛਾਪਣਾ ਛਾਪ ਸਿੱਧੂ ਸਾਹਿਬ ਸਿੱਧੂ ਸਾਹਿਬ ਸਿੱਧੂ ਸਾਹਿਬ ਸੈਂਟਰ ਦਾ ਕੀ ਰੋਕ